ਇੰਟਰਨੈਸ਼ਨਲ ਸਿੱਖ ਕੌਂਸਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਜਗਜੀਤ ਸਿੰਘ ਮੋਧੜ ਨੇ ਐਸਜੀਪੀਸੀ ਵੱਲੋਂ ਪਾਸ ਕੀਤੇ ਬਜਟ ਦੌਰਾਨ ਐਸਜੀਪੀਸੀ ਮੈਂਬਰ ਬੀਬੀ ਕਿਰਨ ਜੋਤ ਕੌਰ ਵੱਲੋਂ ਕੁਝ ਸੰਜੀਦਾ ਸਵਾਲ ਚੁੱਕਣ ਦੀ ਹਮਾਇਤ ਕਰਦਿਆਂ ਉਹਨਾਂ ਨੂੰ ਬੋਲਣ ਤੋਂ ਰੋਕਣ ਦੀ ਤਿੱਖੀ ਸੁਰਚ ਵਿਰੋਧਤਾ ਕੀਤੀ ਹੈ ਸਿੱਖ ਨਿਊਜ਼ ਐਕਸਪ੍ਰੈਸ ਨਾਲ ਖਾਸ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਬੀਬੀ ਕਿਰਨ ਜੋਤ ਕੌਰ ਨੇ ਬਜਟ ਨੂੰ ਲੈ ਕੇ ਅਧ 328 ਪਾਵਨ ਸਰੂਪ ਮਾਮਲੇ ਨੂੰ ਲੈ ਕੇ ਵਾਜਿਬ ਸਵਾਲ ਚੁੱਕੇ ਹਨ ਸਰਦਾਰ ਜਗਜੀਤ ਸਿੰਘ ਮੁੱਦੜ ਨੇ ਪੂਰੀ ਸਿੱਖ ਕੌਮ ਨੂੰ ਮੁਖਾਤਬ ਹੁੰਦਿਆਂ ਕਹਿ ਕਿ ਜਿੰਨੀ ਚਿਰ ਧਾਰਮਿਕ ਸੰਸਥਾਵਾਂ ਤੋਂ ਸਿਆਸੀ ਗਲਬੇ ਦਾ ਫਾਸਤਾ ਨਹੀਂ ਵੱਡਿਆ ਜਾਂਦਾ ਅਤੇ ਜਿੰਨਾ ਚਿਰ ਧਾਰਮਿਕ ਸੰਸਥਾਵਾਂ ਤੋਂ ਸਿਆਸੀ ਫੈਸਲੇ ਹੁੰਦੇ ਰਹਿਣਗੇ ਉਹਨਾਂ ਚਿਰ ਪੰਥ ਦਾ ਭਲਾ ਹੋਣ ਵਾਲਾ ਨਹੀਂ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਜੀਤ ਸਿੰਘ ਮੁੱਦੜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਸਿੱਖ ਕਾਉਂਸਲ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੋਏਗੀ ਕਿ ਪਰਸੋ ਜਿਹੜਾ ਹੈਗਾ ਕਿ ਇੱਕ ਐਸ்சிਪੀਸੀ ਨੇ ਇੱਕ ਜਿਹੜਾ ਹੈਗਾ ਨਾ ਇੱਕ ਬਜਟ ਪੇਸ਼ ਕੀਤਾ ਸੀਗਾ ਤੇ ਜਿਸ ਬਜਟ ਦੇ ਵਿੱਚ ਸਦਨ ਦੇ ਵਿੱਚ ਜਿਹੜਾ ਹੈਗਾ ਨਾ ਉੱਥੇ ਬੀਬੀ ਕਿਰਨ ਜੋਤ ਜੀ ਨੇ ਬਹੁਤ ਆਪਣੀ ਨਾਰਾਜ਼ਗੀ ਪੇਸ਼ ਕੀਤੀ ਹੈਗੀ ਇਹ ਪਹਿਲੇ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਕੋਲ ਇੱਕ ਵੀਡੀਓ ਹੈਗੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਇਹਦੇ ਵਿੱਚ ਬੜੀ ਕਲੀਅਰਲੀ ਗੱਲ ਹੈ ਕਿ ਦੇਖੋ ਤੁਸੀਂ ਇੱਕ ਰਜਾਨਾ ਸਪੋਕਸਮੈਨ ਨੇ ਬੜਾ ਕਲੀਅਰਲੀ ਕੀਤਾ ਹੈਗਾ ਕਿ ਜਿਹੜੇ ਬੀਬੀ ਕਿਰਨ ਜੋ ਜਿਨੇ ਇੱਕ ਗੱਲ ਕਿਹੜੀ ਚਾਲੂ ਕੀਤੀ ਸੀਗੀ ਤੇ ਉਹਨਾਂ ਨੇ ਗੱਲ ਜਦੋਂ ਕਿਹੜੀ ਚਾਲੂ ਕੀਤੀ ਕਿ ਭਈਆ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈਗਾ ਕਿ ਇਹਦੇ ਵਿੱਚ ਅਗਰ ਫਰਜ ਕਰੋ ਗੁਰਦੁਆਰਿਆਂ ਦੇ ਵਿੱਚ 40 ਰੁਪਏ ਅਗਰ ਆ ਰਹੇ ਨੇ ਤੇ 35 ਰੁਪਏ ਤੇ ਤੁਹਾਡੀਆਂ ਜਿਹੜੀ ਹੈਗੀਆਂ ਨੇ ਜਿਹੜੇ ਵੀ ਅਸੀਂ ਰਾਗੀ ਰਾਗੀ ਵਗੈਰਾ ਜੀ ਸਭ ਦੀ ਜਿਹੜੀਆਂ ਤਰਖਾਵੇਂ ਜਾਂਦੀਆਂ ਪਈਆਂ ਨੇ ਤੋ ਉਹਨਾਂ ਨੇ ਬੜਾ ਕਲੀਅਰਲੀ ਇਹ ਨਹੀਂ ਗੱਲ ਕੀਤੀ ਕਿ ਜੇ ਅਗਰ 40 ਰੁਪਏ ਸਾਡੇ ਕੋਲ ਆਂਦੇ ਬੈਨੇ ਗੁਰਦੁਆਰੇ ਦੇ ਵਿੱਚ ਤੇ 35 ਰੁਪਏ ਦਾ ਅਗਰ ਸਾਡਾ ਖਰਚਾ ਹੈ ਗਿਆ ਤੇ ਆਮਦਨੀ ਸਾਡੀ 40 ਰੁਪਏ ਹੈਗੀ ਏ ਤੇ ਇਹ ਧਰਮ ਪ੍ਰਚਾਰ ਦਾ ਜਿਹੜਾ ਸਿਸਟਮ ਹੈਗਾ ਇਹ ਬੰਦ ਕਰ ਦਿਓ ਉਸ ਤੋਂ ਬਾਅਦ ਉਹਨਾਂ ਨੇ ਗੱਲ ਹੋਰ ਵੀ ਕੀ ਹੈਗੀ ਕਿ ਜਿਹੜੇ ਪਿੱਛੇ 32800 ਰੁਪਏ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਐਸਜੀਪੀਸੀ ਦੇ ਜਿਹੜੇ ਆ ਪ੍ਰਧਾਨ ਹੈਗੇ ਨੇ ਗੋਬਿੰਦ ਸਿੰਘ ਲੋਂਗੋਵਾਲ ਜੀ ਤੇ ਉਹਨਾਂ ਨੇ ਵੀ ਜਿਹੜਾ ਪਿੱਛੇ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਪੇਸ਼ ਹੋਏ ਸੀਗੇ ਅਕਾਲ ਤਖਤ ਸਾਹਿਬ ਦੇ ਉਤੇ ਪੇਸ਼ ਹੋ ਕੇ ਜਿਹੜੇ 328 ਜਿਹੜੇ ਸਰੂਪਾ ਦੇ ਬਾਰੇ ਕੋਈ ਵੀ ਜਿਆਦਾ ਕੁਝ ਨਹੀਂ ਕਿਹਾਗਾ ਤੇ ਇਹ ਗੱਲ ਕਹੀਏ ਹਾਂਜੀ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਾਹਮਣੇ ਔਰ ਪੂਰੀ ਦੀ ਪੂਰੀ ਸਭਾ ਦੇ ਸਾਹਮਣੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਕਿਹਾ ਜੀ ਹਾਂਜੀ ਇਹ ਗਲਤੀ ਹੋਈ ਹੈ ਜੀ ਹਾਂਜੀ ਇਹ ਗਲਤੀ ਹੋਈ ਹੈ ਤੇ ਉਹ ਵੀ ਕੋਈ ਜਿਹੜਾ ਹੈਗਾ ਨਾ ਪੁਰਾ ਦਾ ਪੂਰਾ ਜਿਹੜਾ ਹੈਗਾ ਸੰਤੁਸ਼ਟੀਪੂਰਨ ਜਿਹੜਾ ਹੈਗਾ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਇਹ ਵੀ ਪਤਾ ਲੱਗਾ ਸੀਗਾ ਕਿ ਸਾਡੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਇੰਨੀ ਗੱਲ ਕਹਿਤੀ ਸੀ ਕਿ ਤੁਸੀਂ ਤੁਸੀਂ ਇੱਕ ਪ੍ਰਕਰਮਾ ਕਰਕੇ ਆਓ ਤੇ ਉਸ ਤੋਂ ਬਾਅਦ ਉਹਨਾਂ ਨੂੰ ਝਾੜੂ ਮਾਰਨ ਦੀ ਚਾਰ ਦੇਦੀ ਸੇਵਾ ਲਗਾਈ ਗਈ ਸੀ ਤੇ 1100 ਰੁਪਏ ਦੀ ਪਰਚੀ ਉਹਨਾਂ ਦੀ ਕੱਟੀ ਗਈ ਸੀਗੀ ਤੇ ਉਹਦੇ ਉੱਤੇ ਵੀ ਜਿਹੜੀਗੀ ਬੀਬੀ ਕਿਰਨ ਜੋਤ ਜੀ ਬਹੁਤ ਜ਼ਿਆਦਾ ਜਦੋਂ ਭੜਕੇ ਸੀਗੇ ਤੇ ਉੱਥੇ ਕੋਈ ਚਾਵਲਾ ਜੀ ਹੈਗੇ ਨੇ ਮੈਂ ਉਹਨਾਂ ਦਾ ਪੂਰਾ ਨਾਂ ਨਹੀਂ ਜਾਣਦਾ ਤੇ ਚਾਵਲਾ ਜੀ ਉਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਨੇ ਅਗਰ ਕੋਈ ਵੀ ਬੰਦਾ ਕਿ ਸੱਚਾਈ ਨਹੀਂ ਸੁਣ ਸਕਦਾ ਤੇ ਇੱਥੇ ਉੱਠ ਕੇ ਉੱਠ ਕੇ ਬਾਹਰ ਚਲੇ ਜਾ ਤੇ ਚਾਵਲਾ ਜੀ ਨੂੰ ਇੱਕ ਗੱਲ ਉਹਨਾਂ ਨੇ ਕਹਿ ਦਿੱਤੀ ਸੀ ਕਿ ਚਾਵਲਾ ਚੁੱਪ ਕਰ ਜਾ ਚੁੱਪ ਕਰ ਜਾ ਜਦੋਂ ਚਾਵਲਾ ਨੇ ਜੇਕਰ ਜ਼ਿਆਦਾ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਫਿਰ ਤੂੰ ਕਰਕੇ ਬੋਲਿਆ ਉਹ ਚਾਵਲਾ ਤੂੰ ਚੁੱਪ ਕਰ ਜਾ ਤੇ ਉੱਥੇ ਜਿਹੜੇ ਸਾਡੇ ਸਾਫਕਾ ਜਿਹੜੇ ਪ੍ਰਧਾਨ ਐਸ்சி ਪਿਛੇ ਦੇ ਬੀਬੀ ਜਗੀਰਕੌਰ ਜੀ ਵੀ ਸੀਗੇ ਖੜੇ ਹੋਏ ਸੀਗੇ ਤੇ ਉਹਨਾਂ ਨੇ ਵੀ ਬੀਬੀ ਕਿਰਨ ਜੋਤ ਜੀ ਨੂੰ ਜੋ ਚੁੱਪ ਕਰਾਣ ਦੀ ਬਜਾਏ ਉਹਨਾਂ ਨੇ ਚਾਵਲਾ ਸਾਹਿਬ ਨੂੰ ਜਿਹੜਾ ਹੈਗਾ ਨਾ ਚੁੱਪ ਕਰਾਣ ਦਾ ਜਿਹੜੇ ਕਿ ਨੇ ਚੁੱਪ ਕਰ ਰਹੇ ਰਹਿਣ ਦੀ ਸਲਾਹ ਦਿੱਤੀ ਹੈਗੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਤਾਂ ਬੜਾ ਕਲੀਅਰਲੀ ਕਲੀਅਰ ਨਜ਼ਰ ਆਂਦਾ ਪਿਆ ਤੇ ਇਹਦਾ ਮਤਲਬ ਅਗਰ ਕਿਰਨ ਜੋਤ ਜੀ ਅਗਰ ਕੋਈ ਸੱਚਾਈ ਦੱਸਦੇ ਪਏ ਨੇ ਤੇ ਉੱਥੇ ਹੀ ਚਾਵਲਾ ਸਾਹਿਬ ਜਾਂ ਚਾਵਲਾ ਸਾਹਿਬ ਵਰਗੇ ਬੰਦੇ ਇਹੋ ਜਿਹੇ ਹੋਣਗੇ ਕਿ ਜਿਹੜੇ ਸਾਡੀ ਸੱਚਾਈ ਨੂੰ ਬਾਹਰ ਨਹੀਂ ਆਂ ਦਿੰਦੇ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਦੇ ਇਸ ਉੱਥੇ ਇਹਦਾ ਮਤਲਬ ਕਿ ਇਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਪਹਿਲੇ ਵੀ ਇੱਕ ਵਾਰੀ ਬੀਬੀ ਕਿਰਨ ਜੋਤ ਜੀ ਬੋਲਣ ਦੀ ਕੋਸ਼ਿਸ਼ ਕੀਤੀ ਸੀ ਤੇ ਇਹਨਾਂ ਦਾ ਮਾਈਕ ਦੇ ਵਿੱਚ ਉਹਨਾਂ ਦੀ ਤਾਰ ਕੱਟ ਲਈਤੀ ਗਈ ਸੀਗੀ ਮੈਂ ਇੱਕ ਗੱਲ ਬੜੀ ਕਲੀਅਰਲੀ ਕਹਾਂਗਾ ਜਦ ਤੱਕ ਸਾਡੇ ਗੁਰਦੁਆਰਿਆਂ ਤੋਂ ਅਗਰ ਰਾਜਨੀਤਿਕ ਅਗਰ ਫੈਸਲੇ ਲਿੱਤੇ ਜਾਣਗੇ ਸਾਡਾ ਨਾ ਤੇ ਗੁਰੂ ਗ੍ਰੰਥ ਹੋਰ ਨਾ ਗੁਰੂ ਪੰਥ ਕੋਈ ਨਹੀਂ ਜੇ ਬਚਾ ਸਕਦਾ ਇਹ ਤਾਂ ਬੜੀ ਕਲੀਅਰਟੀ ਵਾਲੀ ਗੱਲ ਹੈਗੀ ਏ ਜੇ ਅਗਰ ਬਚਾਣਾ ਹੈ ਕਿਤੇ ਸਾਡੇ ਗੁਰਦੁਆਰਿਆਂ ਤੋਂ ਧਾਰਮਿਕ ਸਥਲਾ ਤੋਂ ਧਾਰਮਿਕ ਲੋਕ ਜਿਹੜੇ ਹੈਗੇ ਨੇ ਉਹ ਫੈਸਲਾ ਲੈਣਗੇ ਤੇ ਸਾਡਾ ਗੁਰੂ ਗ੍ਰੰਥ ਵੀ ਬਚ ਜਾਏਗਾ ਤੇ ਸਾਡਾ ਗੁਰੂ ਪੰਥ ਵੀ ਵੱਜ ਜੇਗਾ ਇਹ ਗੱਲ ਤਾਂ ਬੜੀ ਕਲੇਸ਼ ਲਿਆਗੀ ਹੈ ਵੀ। ਕੀ ਤੁਹਾਨੂੰ ਨਹੀਂ ਪਤਾਗਾ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਜੇ ਐਸਜੀਪੀਸੀ ਹੋਵੇ ਤੇ ਚਾਹ ਦਿਲਜੀਤ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਐਸਜੀਪੀਸੀ ਸਾਡੀ ਸਰਮੋਰ ਸਸਤਾ ਹੈਗੀ ਹੈ। ਔਰ ਦੂਜੀ ਸਸਤਾ ਸਾਡੀ ਦਿਲਜੀਤ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਗੀ ਹੈ। ਮੈਕਸਿਮਮ ਬੰਦਿਆਂ ਨੂੰ ਪਤਾ ਹੈਗਾ ਕਿ ਦੋਨਾਂ ਦੇ ਵਿੱਚ ਐਸਜੀਪੀਸੀ ਦੇ ਵਿੱਚ ਵੀ ਕਈ ਵੀ ਕਈ ਸਾਡੇ ਭ੍ਰਸ਼ਟਾਚਾਰ ਬੰਦੇ ਅਗਰ ਬੈਠੇ ਨੇ ਮੈਂਬਰ ਬੈਠੇ ਨੇ ਨੇਤਾ ਬੈਠੇ ਨੇ ਔਰ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਟੀਮ ਦੇ ਵਿੱਚ ਵੀ ਭ੍ਰਸ਼ਟਾਚਾਰ ਮੈਂਬਰ ਹੀ ਬੈਠੇ ਨੇ ਸਭ ਨੂੰ ਪਤਾ ਟੀਮ ਨੂੰ ਵੀ ਪਤਾ ਹੈ ਮਗਰ ਉਹ ਇਹਨਾਂ ਲੋਕਾਂ ਨੂੰ ਉਪ ਚੁੱਕ ਕੇ ਬਾਹਰ ਨਹੀਂ ਸੁੱਟਦੇ ਕਿਉਂ ਨਹੀਂ ਸੁੱਟਦੇ ਇਹ ਚਾਵਲਾ ਸਾਹਿਬ ਨੇ ਆਪਣਾ ਪ੍ਰੂਫ ਦੇ ਦਿੱਤਾ ਹੈ ਇਹਦਾ ਮਤਲਬ ਕਿ ਗਲਤ ਨੂੰ ਉਹ ਠੀਕ ਮਤਲਬ ਕੋਸ਼ਿਸ਼ ਕਰਦੇ ਪਏ ਨੇ ਕਹਿਣ ਦੀ ਕਿ ਨਹੀਂ ਜੀ ਤੁਸੀਂ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਮੈਂ ਕਹਣਾ ਕਿ ਮੈਂ ਆਪਣੀ ਕਈ ਵਾਰੀ ਵੀਡੀਓ ਚ ਕਹਿ ਚੁੱਕਾ ਕੀ ਆਪਣੀਆਂ ਸਾਨੂੰ ਜਿਹੜੇ ਵੀ ਬੰਦਾ ਅਗਰ ਕੋਈ ਗਲਤ ਕੰਮ ਕਰਦਾ ਪਿਆ ਸਾਡੀ ਸਿੱਖ ਸੰਸਥਾ ਦੇ ਵਿੱਚ ਉਹਦੇ ਬਾਣੇ ਨੂੰ ਭੁੱਲ ਜੋ ਕਿ ਉਹਨੇ ਬਾਣਾ ਕੀ ਪਾਇਆ ਬਾਣੀ ਕੀ ਪਾਈ ਹੈ ਦਾੜੀ ਵੱਡੀ ਰੱਖੀ ਹੈ ਗਾਤਰਾ ਪਾਇਆ ਉਹਨੂੰ ਕੀ ਆਂਦਾ ਕੀ ਨਹੀਂ ਆਂਦਾ ਨਾ ਉਹਦੇ ਉਹਦੇ ਪਣਾਵੇ ਨੂੰ ਨਾ ਵੇਖੋ ਹੋ ਸਕਦਾ ਉਹ ਪਣਾਵੇ ਦੇ ਵਿੱਚ ਬਰੂਪਿਆ ਬਣਿਆ ਹੋਵੇ ਸਾਨੂੰ ਇੱਕ ਚੀਜ਼ ਦੇਖਣੀ ਪੈਗੀ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਕਿਆ ਇਸ ਪਣਾਵੇ ਦੇ ਵਿੱਚ ਕਿਤੇ ਅੰਦਰ ਇਹਦੀ ਜਿਹੜੀ ਆਤਮਾ ਹੈਗੀ ਏ ਉਹ ਕਿਆ ਸਾਨੂੰ ਕਿਤੇ ਸਾਡੀ ਸਿੱਖੀ ზეਮ ਨੂੰ ਕਿਤੇ ਢਾਤ ਨਹੀਂ ਲਾਂਦੀ ਪਈ ਲਾਂਦੀ ਪਈ ਹੈ ਇਹ ਸਾਨੂੰ ਸਮਝਣਾ ਪਏਗਾ ਕਿਉਂਕਿ ਜਿੰਨਾ ਇਹਨਾਂ ਨੇ ਬੇਫਿਕੂ ਬਣਾਣਾ ਸੀਗਾ ਇਹ ਲੋਕਾਂ ਨੂੰ ਬਣਾ ਲਿੱਤਾ ਸਾਨੂੰ ਹੁਣ ਇੱਕ ਚੀਜ਼ ਨੋਟ ਕਰਨੀ ਪਏਗੀ ਅਗਰ ਕੋਈ ਵੀ ਬੰਦਾ ਅਗਰ ਸਿੱਖ ਸੰਸਥਾਵਾਂ ਦੇ ਵਿੱਚ ਐਸਪੀਸੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਕਿਤੇ ਵੀ ਦਿੱਲੀ ਦੇ ਕੋਈ ਗੁਰਦੁਆਰੇ ਦੇ ਵਿੱਚ ਅਗਰ ਕੋਈ ਵੀ ਇਹੋ ਜਿਹਾ ਕੋਈ ਕੰਮ ਹੁੰਦਾ ਪਿਆ ਤੇ ਪੂਰੇ ਦੇ ਪੂਰੇ ਦੇਸ਼ ਵਿਦੇਸ਼ ਚ ਰਹਿਣ ਵਾਲੇ ਨਾਨਕ ਨਾਮ ਲੈਵਾ ਜਿਹੜੇ ਸਾਡੀ ਸੰਗਤ ਹੈਗੀ ਇਹ ਪੂਰੇ ਦੇ ਪੂਰੇ ਇਹਨਾਂ ਨੂੰ ਸਾਡਾ ਇੱਕ ਕੰਮ ਕਰੋ ਇੱਕ ਪ੍ਰਣ ਹੋਣਾ ਚਾਹੀਦਾ ਇਹਨਾਂ ਨੂੰ ਚੁੱਕ ਕੇ ਸੀਟਾ ਤੋਂ ਲਾ ਦਿਓ ਔਰ ਵਿਰੋਧ ਕਰਨਾ ਇੱਕ ਆਪਣੀ ਆਦਤ ਬਣਾ ਲਓ ਕਿਉਂਕਿ ਜਿਹੜਾ ਵੀ ਬੰਦਾ ਕਿਸੇ ਦੇ ਵਿਰੋਧ ਕਰਨਾ ਹੈ ਗਲਤ ਕੰਮ ਤੇ। ਅਗਰ ਕੋਈ ਵੀ ਬੰਦਾ ਅਗਰ ਗਲਤ ਕੰਮ ਤੇ ਵਿਰੋਧ ਨਹੀਂ ਕਰਦੇ ਤੇ ਇਹਦਾ ਮਤਲਬ ਅਸੀਂ ਉਹਨਾਂ ਨੂੰ ਪੜਾਵਾ ਦਿੰਦੇ ਪਿਆ। ਜਿਹੜਾ ਵੀ ਸਾਡੇ ਸਿੱਖ ਸੰਸਥਾ ਦੇ ਵਿੱਚੋਂ ਕੋਈ ਵੀ ਮੈਂਬਰ, ਕੋਈ ਵੀ ਨੇਤਾ, ਕੋਈ ਵੀ ਚਿੰਨਾ ਮਰਜੀ ਉੱਚ ਪੱਦੇ ਤੇ ਅਗਰ ਕੋਈ ਬੰਦਾ ਬੈਠਾ ਹੈ, ਅਗਰ ਕੋਈ ਗਲਤੀ ਕਰਦਾ ਪਿਆ ਤੇ ਉਹਦਾ ਅਸੀਂ ਵਿਰੋਧ ਕਰਾਂਗੇ ਤਦ ਹੀ ਉਸ ਬੰਦੇ ਨੂੰ ਪਤਾ ਲੱਗੇਗਾ ਕਿ ਭਈਆ ਮੈਂ ਇੱਥੇ ਕੋਈ ਗਲਤ ਕੰਮ ਕਰਦਾ ਪਿਆ। ਅੱਜ ਸਾਨੂੰ ਮੈਂ ਆਪਣੀ ਆਪਣੀ ਕਈ ਵੀਡੀਓਜ਼ ਕਹਿ ਚੁੱਕਾ ਕਿ ਸਾਨੂੰ ਆਪਣੀਆਂ ਅੱਖਾਂ ਵੀ ਖੋਲ੍ਹਣੀਆਂ ਪੈਣਗੀਆਂ ਸਾਨੂੰ ਆਪਣੇ ਕੰਨ ਵੀ ਖੋਲ੍ਹਨੇ ਪੈਣਗੇ ਪਰ ਸਾਨੂੰ ਆਪਣਾ ਮੂੰਹ ਵੀ ਖੋਲਣਾ ਪਏਗਾ ਕਿਉਂਕਿ ਮੈਨੂੰ ਪਤਾ ਹੈਗਾ ਕਿਉਂਕਿ ਜਿਸ ਤਰ੍ਹਾਂ ਬੀਬੀ ਕਰਨ ਜੋਤੀ ਨੇ ਇੱਕ ਵਾਰੀ ਪਹਿਲੇ ਵੀ ਤੁਹਾਨੂੰ ਮੈਂ ਦੱਸਿਆ ਕਿ ਇੱਕ ਵਾਰੀ ਪਹਿਲੇ ਵੀ ਜਦੋਂ ਬੋਲਣਾ ਚਾਹੇ ਸੀਗੇ ਤੇ ਇਹਨਾਂ ਦੇ ਸਪੀਕਰ ਦੇ ਵਿੱਚੋਂ ਇਹਨਾਂ ਦੀ ਤਾਰ ਕੱਢ ਲਈਤੀ ਗਈ ਸੀ ਕਿ ਸੱਚਾਈ ਦਾ ਲੋਕਾਂ ਨੂੰ ਨਾ ਪਤਾ ਲੱਗ ਜਾਏ ਜਿਹੜੇ ਬੰਦੇ ਤਾਰਾ ਕੱਢਦੇ ਨੇ ਜਾਂ ਜਿਹੜੇ ਬੰਦੇ ਤਾਰਾ ਕੱਢਦੇ ਨੇ ਜਾਂ ਜਿਹੜੇ ਬੰਦੇ ਨਹੀਂ ਬੋਲਣ ਦਿੰਦੇ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟਣਾ ਚਾਹੀਦਾ ਹੈ ਕਿਉਂਕਿ ਉਹ ਸਭ ਤੋਂ ਵੱਡੇ ਭ੍ਰਸ਼ਟ ਹੋਏ ਹੈਗੇ ਨੇ ਅੱਜ ਸਾਨੂੰ ਆਪਣੇ ਜਦੋਂ ਕੰਨ ਖੋਲਾਂਗੇ ਜਦੋਂ ਆਪਣੇ ਮੂੰਹ ਖੋਲਾਂਗੇ ਜਦੋਂ ਆਪਣੀ ਅੱਖਾਂ ਖੋਲਾਂਗੇ ਇਹ ਜਿਹੜੇ ਭ੍ਰਸ਼ਟਾਚਾਰ ਕਰਦੇ ਪਿਆਗੇ ਨੇ ਇਹ ਭ੍ਰਸ਼ਟਾਚਾਰ ਕਰਨ ਵਾਲੇ ਨੂੰ ਇੱਕ ਬ੍ਰੇਕ ਲੱਗੇਗੀ ਔਰ ਸਾਡੀ ਸਿੱਖ ਜਿਹੜੀ ਕੋਮ ਹੈਗੀ ਹੈ ਸਿਰਫ 1.75% ਹੈਗੀ ਹੈ ਔਰ ਇੰਨਾ ਅਸੀਂ ਲੰਗਰ ਲਗਾਣੇ ਪਿਆ ਇੰਨਾ ਅਸੀਂ ਗੁਰਦੁਆਰੇ ਦੇ ਸੋਨਾ ਚੜਾਉਂਦੇ ਪਿਆ ਇੰਨਾ ਅਸੀਂ ਲੋਕਾਂ ਦੀ ਪਿੱਛੇ ਕੋਵਿਡ 19 ਦੇ ਵਿੱਚ ਸੇਵਾ ਕੀਤੀ ਮਗਰ ਕੀ ਹੋਇਆ ਇੰਨੀ ਅਸੀਂ ਸੇਵਾ ਕਰਨ ਦੇ ਬਾਵਜੂਦ ਵੀ ਹੈ ਜਿਹੜੇ ਸਾਡੇ ਪ੍ਰਸ਼ਤ ਜਿਹੜੇ ਮੈਂਬਰ ਪ੍ਰਸ਼ਤ ਜਿਹੜੇ ਨੇਤਾ ਅਗਰ ਰਹੇ ਨੇ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਗਤੀਵਿਧੀ ਉਹਨਾਂ ਦੀ ਗਲਤ ਹੈਗੀਏ ਇਹ ਹੀ ਸਾਡੀ ਗੁਰਦੁਆਰਿਆਂ ਦੀ ਜਿਹੜੀ ਰੈਪਿਊਟੇਸ਼ਨ ਪੋਜੀਸ਼ਨ ਨੂੰ ਖਰਾਬ ਕਰਦੇ ਨੇ ਚੁੱਕ ਕੇ ਇਹਨਾਂ ਨੂੰ ਸਾਨੂੰ ਬਾਹਰ ਸੁੱਟਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਨੂੰ ਸਹੀ ਗੱਲ ਮੈਂ ਤੁਹਾਨੂੰ ਦੱਸਾਂ ਕਲੀਅਰ ਆਪਣੇ ਦਿਮਾਗ ਦੇ ਇੱਕ ਕਲੀਅਰ ਤੇ ਕਲੀਅਰ ਸਾਨੂੰ ਇੱਕ ਆਪਣੇ ਦਿਮਾਗ ਦੇ ਰੱਖਣਾ ਪਏਗਾ ਚਾਹੇ ਕੋਈ ਵੀ ਬੰਦਾ ਕਿਸੇ ਵੀ ਸੀਟ ਤੇ ਬੈਠਾ ਹੈ ਇਹਦਾ ਮਤਲਬ ਕੀ ਉਹ ਕਿਸੇ ਨਾ ਕਿਸੇ ਰਾਜਨੀਤਿਕ ਬੰਦੇ ਦੇ ਵਾਸਤੇ ਪੋਲੀਟੀਕਲ ਬੰਦੇ ਵਾਸਤੇ ਕੰਮ ਕਰਦਾ ਪਿਆ ਇਹ ਹੁਣ ਆਪਾਂ ਸਾਰੇ ਸਿੱਖ ਸਮੁਜਦਾਏ ਦੇ ਜਿਹੜੇ ਬੰਦੇ ਹੈਗੇ ਆ ਮੈਕਸਿਮਮ ਪੜੇ ਲਿਖੇ ਹੈਗੇ ਆ ਤੇ ਪੜੇ ਲਿਖੇ ਬੰਦੇ ਹੁਣ ਤੁਹਾਨੂੰ ਸਮਝ ਜਾਣਾ ਚਾਹੀਦਾ ਵੇ ਝਗੜਾ ਕਰਨ ਨਾਲ ਕੁਝ ਨਹੀਂ ਹੋਣਾ ਵਿਰੋਧ ਕਰਨਾ ਕੁਝ ਕੁਝ ਹੋ ਸਕਦਾ ਹੈ ਝਗੜੇ ਨਾਲ ਕੀ ਹੋਏਗਾ ਝਗੜੇ ਨਾਲ ਤੇ ਕੀ ਹੋਏਗਾ ਉਹਨੇ ਉਹਨੂੰ ਮਾਰਤਾ ਉਹਨੇ ਉਹਨੂੰ ਛੋਟਾ ਮਾਰਤਾ ਉਹਨੇ ਉਹਨੂੰ ਡਾਂਗ ਮਾਰਤੀ ਉਹਨੇ ਉਹਨੂੰ ਕਰਪਾਨ ਮਾਰਤੀ ਕਾੜੀ ਮੁੱਕਣੀ ਕੋ ਨਹੀਂ ਕਾੜੀ ਮੁੱਕਣੀ ਹੈ ਲਗਾਤਾਰ ਵਿਰੋਧ ਕਰਨ ਦੇ ਉਤੇ ਜਿਸ ਤਰ੍ਹਾਂ ਕਿਰਨ ਜੋਤ ਜੀ ਬੀਬੀ ਜੀ ਨੇ ਬੜੇ ਬੇ ਬੇਖੌਫ ਹੋ ਕੇ ਅਗਰ ਪੂਰੀ ਪੂਰੀ ਆਪਣੇ ਸਭਾ ਦੇ ਵਿੱਚ ਬੋਲਿਆ ਇਸੇ ਤਰੀਕੇ ਤੁਹਾਨੂੰ ਜਿਹੜਾ ਵੀ ਤੁਹਾਨੂੰ ਪ੍ਰਸ਼ਤ ਮੈਂਬਰ ਨਜ਼ਰ ਆਉਂਦਾ ਜਿਹੜਾ ਵੀ ਪ੍ਰਸ਼ਤ ਨੇਤਾ ਨਜ਼ਰ ਆਉਂਦਾ ਉਹਨੂੰ ਸਟੇਜਾਂ ਤੇ ਨਾ ਚੜਨ ਦਿਓ ਸਟੇਜ ਤੋਂ ਥੱਲੇ ਖਿੱਚ ਲਓ ਉਹਨੂੰ ਉਹਨੂੰ ਸਰੋਪੇ ਨਾ ਪਾਓ ਉਹਨੂੰ ਸ਼ਾਲਾ ਨਾ ਦਿਓ ਕਿਉਂਕਿ ਸਾਨੂੰ ਪਤਾ ਹੈ ਪ੍ਰਸ਼ਤ ਬੰਦਾ ਹੈਗਾ ਤੇ ਪ੍ਰਸ਼ਤ ਬੰਦੇ ਨੂੰ ਅਗਰ ਤੁਸੀਂ ਸ਼ਾਲਾ ਦੇ ਆਗੇ ਪ੍ਰਸ਼ਤ ਬੰਦੇ ਨੂੰ ਅਗਰ ਤੁਸੀਂ ਅਸੀਂ ਸਟੇਟਾਂ ਤੇ ਚੜਾਵਾਂਗੇ ਪ੍ਰਸ਼ਤ ਬੰਦੇ ਨੂੰ ਅਗਰ ਅਸੀਂ ਸਰੋਪਾ ਦੇ ਕੇ ਮਾਨ ਸਨਮਾਨ ਦੇਾਂਗੇ ਤੇ ਉਹਦੇ ਦਿਮਾਗ 'ਚ ਹੋਏਗਾ ਇਹ ਸਾਰੇ ਸਾਰੇ ਬੰਦੇ ਬੇਵਕੂਫ ਨੇ ਸਮਝਦਾਰ ਮੈਂ ਆਈਆਂ ਇੱਕ ਸਾਨੂੰ ਸਮਝਣ ਦੀ ਲੋੜ ਹੈ ਵਿਰੋਧ ਕਰਨ ਦੀ ਲੋੜ ਹੈ ਔਰ ਸਾਰੇ ਸਾਨੂੰ ਸਿੱਖਾਂ ਨੂੰ ਜਿਹੜਾ ਹੈਗਾ ਹੁਣ ਇੱਕ ਚੰਡੇ ਦੇ ਥੱਲੇ ਆਨ ਦੀ ਲੋੜ ਹੈ ਜਿਵੇਂ ਸਾਡੇ ਇੱਕ ਚੰਡੇ ਦੇ ਅਸਲੇ ਆ ਜਾਗੇ ਇਹਨਾਂ ਲੋਕਾਂ ਦੀ ਕੀ ਜਰੂਰਤ ਹੈਗੀ ਕਿ ਸਾਨੂੰ ਸਾਡੇ ਸਿੱਖ ਪੰਥ ਨੂੰ ਢਾਹ ਲਾ ਦੇਣ ਇਹਨਾਂ ਲੋਕਾਂ ਦੀ ਜਰੂਰਤ ਹੀ ਨਹੀਂ ਹੋ ਸਕਦੀ ਮੈਂ ਆਪ ਜੀ ਨੂੰ ਇੱਕ ਵਾਰੀ ਫੇਰ ਇੰਟਰਨੈਸ਼ਨਲ ਸਿੱਖ ਕਾਉਂਸਲ ਦੀ ਤਰਫੋਂ ਕਾਵਾਂਗਾ ਜਿਹੜਾ ਵੀ ਤੁਹਾਨੂੰ ਕੋਈ ਮੈਂਬਰ ਦਲੀਸ਼ ਸਿੰਘ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ CIA SPC ਅਦਾ ਅਗਰ ਕੋਈ ਮੈਂਬਰ ਅੰਮ੍ਰਿਤਸਰ ਦਾ ਅਗਰ ਤੁਹਾਨੂੰ ਕੋਈ ਗਲਤ ਨਜ਼ਰ ਆਂਦਾ ਉਹਦੇ ਤੇ ਵਿਰੋਧ ਜ਼ਰੂਰ ਕਰੋ ਔਰ ਵਿਰੋਧ ਕਰਨਾ ਆਪਣਾ ਹੱਕ ਵੀ ਹੈਗਾ ਔਰ ਅਸੀਂ ਵਿਰੋਧ ਕਰ ਵੀ ਸਕਦੇ ਹਾਂ ਕਿਉਂਕਿ ਅਸੀਂ ਡੈਮੋਕਰੈtic ਕੰਟਰੀ ਦੇ ਜਨਨ ਆ ਡੈਮੋਕਰੇਸੀ ਸਾਡੀ ਕੰਟਰੀ ਚ ਹੈਗੀਏ ਭਾਰਤ ਦੇਸ਼ ਦੇ ਚਰਨ ਆ ਇੰਡੀਆ ਦਾ ਨਾਮ ਹੈਗਾ ਦੁਨੀਆ ਵਿੱਚ ਇਹਨੂੰ ਹਿੰਦੁਸਤਾਨ ਹਿੰਦੁਸਤਾਨ ਕਹਿੰਦੀ ਹੈ ਕਿਸੇ ਵੀ ਪਾਸਪੋਰਟ ਤੇ ਹਿੰਦੁਸਤਾਨ ਹੀ ਲਿਖਿਆ ਕਿਸੇ ਵੀ ਤੁਹਾਡੇ ਆਈ ਕਾਰਡ ਤੇ ਹਿੰਦੁਸਤਾਨ ਹੀ ਲਿਖਿਆ ਸਾਰੀ ਜਗ੍ਹਾ ਇੰਡੀਆ ਔਰ ਭਾਰਤ ਤੇ ਲਿਖਿਆ ਇਹਨੂੰ ਵੀ ਸਮਝਣ ਦੀ ਸਾਡੀ ਲੋੜ ਹੈਗੀ ਔਰ ਪ੍ਰਸ਼ਾਸਨ ਇਟਾ ਨੂੰ ਚੁੱਕ ਕੇ ਬਾਹਰ ਕੱਢਣ ਦੀ ਲੋੜ ਹੈਗੀ ਸਤਿ ਸ੍ਰੀ ਅਕਾਲ ਜੀ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ